welcom 10th class de mere bahut hi pyare students assignment 3 of nas test preparation theek hai ji ta ohde vi apne kole panch question ine ta pehla sab to saukhe question to shuru kariye ha na maza anda hunda jado aap pehla sab to saukhe question kar lene fir aunda vi bahut sare question solve kar le aap kar deya pehla fifth question dekho ede vich ki ditta hoya fifth question de vich hai chittar vich chakkar vich darshaya gaya prekhan ki darsha reha ਇਨ ਦਾ ਗਿਵਨ ਫਿਗਰ ਵਾਟ ਡਸ ਦਾ ਇਨਸਰਕਲਡ ਆਬਜ਼ਰਵੇਸ਼ਨ ਰਿਪਰੈਜ਼ੈਂਟਸ ਹੁਣ ਇਹਨੇ ਕੀ ਕੀਤਾ ਹੋਇਆ ਦੇਖੋ ਆ ਸੈਂਟਰ ਵਾਲੇ ਦੇ ਉੱਪਰ ਇੱਕ ਰਾਉਂਡ ਪਾਇਆ ਹੋਇਆ ਹੈ ਬਾਕੀ ਇਧਰੋਂ ਕਿੰਨੇ ਛੱਡੇ ਹੋਏ ਨੇ ਆਪਾਂ ਕੱਟ ਕੱਟ ਕੇ ਦੇਖ ਲੈਂਦੇ ਆ ਆ ਕੱਟਿਆ ਹੈ ਆ ਵੀ ਕੱਟਿਆ 3rd 1 4th 1 5th 6th ਦੇਖੋ ਸੈਂਟਰ ਵਾਲਾ ਤਾਂ ਆਪਾਂ ਨੂੰ ਕਲੀਅਰ ਹੋ ਗਿਆ ਕਿ ਮੱਧਿਕ ਹੈ ਕਿ ਇਹ ਮੀਡੀਅਨ ਹੈ ਵੈਸੇ ਵੀ ਜੇ ਆਪਾਂ ਨੇ ਹੋਰ ਧਿਆਨ ਨਾਲ ਦੇਖਣਾ ਹੋਵੇ ਤਾਂ ਇਹ ਘਟਦੇ ਕ੍ਰਮ ਚ ਲਿਖੇ ਹੋਏ ਨੇ ਪਹਿਲਾ ਸਭ ਤੋਂ ਵੱਡੀ ਹਾਈਟ ਵਾਲਾ ਬੱਚਾ ਹੈ ਨਾ ਜੋ ਵੀ ਇਹ ਬਣਾਇਆ ਹੋਇਆ ਹੈ ਤਾਂ ਇਹ ਏਦਾਂ ਘਟਦੇ ਕ੍ਰਮ ਚ ਲਿਖੇ ਹੋਏ ਨੇ ਆਲਰੇਡੀ ਤਾਂ ਇਹਦਾ ਆਨਸਰ ਕੀ ਆਊਗਾ ਮੱਧਿਕਾ ਸੌਖਾ ਸੀ ਨਾ ਚਲੋ ਉਸ ਤੋਂ ਜਿਹੜਾ ਫੋਰਥ ਕੁਐਸਚਨ ਹੈ ਉਹ ਵੀ ਸੌਖਾ ਹੈ ਕਿਸੇ ਗੇਂਦਬਾਜ਼ ਦੁਆਰਾ 10 10 ਕ੍ਰਿਕਟ ਮੈਚਾਂ ਵਿੱਚ ਲਏ ਗਏ ਵਿਕਟਾਂ ਦੀ ਸੰਖਿਆ ਹੇਠਾਂ ਅਨੁਸਾਰ ਹੈ ਇਹਨਾਂ ਦਾ ਬੌਹਲਕ ਪਤਾ ਕਰੋ ਫਾਈਂਡ ਦਾ ਮੋਡ ਆਫ ਦਾ ਡਾਟਾ ਤਾਂ ਬੌਹਲਕ ਬੌਹਲਕ ਕੀ ਹੁੰਦਾ ਬੇਟੇ ਜਿਹਦੇ ਮੂਰੇ ਸ਼ਬਦ ਲੱਗ ਗਿਆ ਬੋਹ ਇਹਦਾ ਮਤਲਬ ਜੋ ਜ਼ਿਆਦਾ ਵਾਰੀ ਆਉਂਦਾ ਠੀਕ ਹੈ ਮਲਟੀਪਲ ਟਾਈਮਸ ਆ ਰਿਹਾ ਉਹਨੂੰ ਆਪਾਂ ਕਹਿੰਦੇ ਹੁੰਨੇ ਆ ਮੋਡ ਬੌਲਕ ਤਾਂ ਦੇਖੋ ਕਿਹੜਾ ਡਿਜੀਟ ਹੈ ਜਿਹੜਾ ਆਪਣੇ ਆਪ ਨੂੰ ਸਭ ਤੋਂ ਵੱਧ ਵਾਰ ਇਹਦੇ ਵਿੱਚ ਦੁਹਰਾ ਰਿਹਾ ਤੇ ਇਹਦੇ ਵਿੱਚ ਅੱਖਰ ਹੈਗੇ ਨੇ 0 1 2 3 4 ਤੇ 5 0 ਕਿੰਨੀ ਵਾਰ ਆ ਰਹੇ ਹਨ ਇੱਕ ਵਾਰੀ 2 ਕਿੰਨੀ ਵਾਰ ਆ ਰਹੇ ਹਨ ਇੱਕ ਵਾਰੀ 1 ਕਿੰਨੀ ਵਾਰ ਆ ਰਹੇ ਹਨ ਇੱਕ ਵਾਰੀ ਉਸ ਤੋਂ ਬਾਅਦ ਆ ਗਿਆ ਆਪਣੇ ਕੋਲ 3 1 2 3 4 3 ਕਿੰਨੀ ਵਾਰ ਆ ਰਹੇ ਹੈ 4 ਵਾਰ 4 ਕਿੰਨੀ ਵਾਰ ਆ ਰਹੇ ਹੈ 2 ਵਾਰ 5 ਕਿੰਨੀ ਵਾਰ ਆ ਰਿਹਾ ਹੈ 1 ਵਾਰ ਠੀਕ ਹੈ ਜੀ ਤਾਂ ਸਭ ਤੋਂ ਵੱਧ ਵਾਰ ਕੌਣ ਆ ਰਿਹਾ ਹੈ 3 ਤਾਂ ਆਪਣੇ ਕੋਲੇ ਬੌਲਕ ਕੀ ਹੋਊਗਾ 3 ਠੀਕ ਹੈ ਸਮਝ ਆ ਗਿਆ ਤਾਂ ਉਹਨਾਂ ਦੇ ਦੋਨੋਂ ਕੁਐਸਚਨ ਹੁਣ ਆਪਾਂ ਕਰਦੇ ਹਾਂ 3rd ਕੁਐਸਚਨ ਇਹਦੇ ਵਿੱਚ ਵੀ ਸੇਮ ਉਹੀ ਰੂਲ ਲੱਗਣਾ ਹੈ ਕਿ LCM HCF ਪ੍ਰੋਡਕਟ ਆਫ ਬੋਥ ਨੰਬਰਸ ਲਸਸਵਾਵਾ ਗੁਣਾ ਮਮਸਸਵਾਵਾ ਬਰਾਬਰ ਦੋਨੋਂ ਸੰਖਿਆਵਾਂ ਦੀ ਗੁਣਾ ਦੋਨੋਂ ਸੰਖਿਆਵਾਂ ਕਿਹੜੀਆਂ ਦਿੱਤੀਆਂ ਹੋਈਆਂ ਨੇ 6 ਤੇ 20 ਐਚसीएफ ਕਿੰਨਾ ਦਿੱਤਾ ਹੋਇਆ 2 ਕਿ ਨਹੀਂ ਪਤਾ ਆਪਾਂ ਨੂੰ ਐਲਸੀਐਮ ਹੁਣ ਇਹਨੂੰ ਹੱਲ ਕਿਵੇਂ ਕਰਨਾ ਹੈ ਦੇਖੋ 6 ਗੁਣਾ 20 ਇੱਧਰ ਹੈਗਾ ਜਿਹੜਾ 2 बटे ਵਾਲਾ ਇੱਧਰ ਗੁਣਾ ਵਾਲਾ ਇੱਧਰ ਭਟੇ ਹੋ ਜਾਏਗਾ ਭਾਗ ਚ ਆ ਜਾਏਗਾ 2 ਦੇ ਨਾਲ ਤੁਸੀਂ 20 ਕੱਟ ਲਓ ਚਾਹੇ 6 ਕੱਟ ਲਓ ਤਾਂ ਐਲਸੀਐਮ ਕਿੰਨਾ ਆ ਗਿਆ ਆਪਣੇ ਕੋਲੇ 10 60 ਸੌਖਾ ਹੀ ਸੀ ਹਨਾ ਇਹ ਹੀ ਰੂਲ ਲੱਗਿਆ ਆਪਣੇ ਕੋਲੇ ਤਾਂ ਕਿੰਨਾ ਆ ਗਿਆ 60 ਸੈਕਿੰਡ ਕੁਐਸਚਨ ਸੰਖਿਆ 3 पाई ਇੱਕ ਡੈਸ਼ ਸੰਖਿਆ ਹੈ ਦੇਖੋ ਪਾਈ ਕੀ ਹੈ ਪਹਿਲਾਂ ਤਾਂ ਪਾਈ ਤੇ ਵਿਚਾਰ ਕਰੋ ਜਿਹੜੀ ਪਾਈ ਹੈ ਉਹ ਅਪਰੀਮੇ ਸੰਖਿਆ ਹੈ ਹੁਣ ਇਹ ਕਿਸੇ ਆਪਰੀਮੇ ਸੰਖਿਆ ਨੂੰ ਆਪਾਂ ਗੁਣਾ ਕਰਦੇ ਹਾਂ ਕਿਸੇ ਪਰਿਮੇ ਸੰਖਿਆ ਦੇ ਨਾਲ ਤਾਂ ਵੀ ਉਹਦਾ ਆਨਸਰ ਇੱਕ ਆਪਰੀਮੇ ਸੰਖਿਆ ਹੀ ਰਹੂਗਾ ਠੀਕ ਹੈ ਤ aí ਦਾ ਆਨਸਰ ਕੀ ਆਊਗਾ ਅਪਰਿमेय ਸੰਖਿਆ ਹੁਣ ਆਪਾਂ ਆ ਗਏ ਆਪਣੇ ਲਾਸਟ ਕੁਐਸਚਨ ਤੇ ਆਪਾਂ ਕਿੱਧਰੋਂ ਚੱਲੇ ਸੀ ਨਾ ਲਾਸਟ ਤੋਂ ਫਰਸਟ ਤੱਕ ਚੱਲੇ ਸੀ ਇਸ ਵਾਰੀ ਜੇਕਰ ਕਿਸੇ ਸੰਖਿਆ ਨੂੰ ਤਿੰਨ ਨਾਲ ਵੰਡਿਆ ਜਾਂਦਾ ਤਾਂ ਕਿਹੜਾ ਬਾਕੀ ਨਹੀਂ ਹੋ ਸਕਦਾ ਆਪਾਂ ਕਿਸੇ ਸੰਖਿਆ ਨੂੰ ਤਿੰਨ ਨਾਲ ਭਾਗ ਕਰ ਰਹੇ ਹਾਂ ਮੰਨ ਲਓ ਆਪਾਂ ਤਿੰਨ ਨੂੰ ਭਾਗ ਕਰਦੇ ਹਾਂ ਤਿੰਨ ਨਾਲ ਹੀ ਤਾਂ 3 1 3 ਕਿੰਨਾ ਬਚ ਗਿਆ ਜੀ ਜ਼ੀਰੋ ਤਾਂ ਜ਼ੀਰੋ ਤਾਂ ਬਾਕੀ ਹੋ ਸਕਦਾ ਇਹਦਾ ਮਤਲਬ ਇਹ ਆਪਸ਼ਨ ਨਹੀਂ ਆ ਸਕਦੀ ਹੁਣ ਆਪਾਂ ਲੈ ਲਓ ਇਸ ਤੋਂ ਨੈਕਸਟ 4 ਲੈ ਲਓ ਤਾਂ ਕਿੰਨਾ ਬਚ ਜੂਗਾ 1 ਠੀਕ ਹੈ ਤਾਂ ਇਹਦਾ ਮਤਲਬ ਆ ਵੀ ਨਹੀਂ ਹੋ ਸਕਦਾ ਜੇ ਆਪਾਂ 5 ਲੈ ਲਈਏ ਇੱਥੇ ਤਾਂ 5 ਚੋਂ 3 ਗਏ 2 ਤਾਂ 2 ਵੀ ਬਚ ਸਕਦਾ ਹੈ ਠੀਕ ਹੈ ਤੇ ਜਦੋਂ ਆਪਾਂ ਲੈ ਲਈਏ ਜੀ 6 ਤਾਂ 6 ਤਾਂ 3 2 6 ਕਟਿਆ ਗਿਆ ਇਹਦਾ ਮਤਲਬ 3 ਬਾਕੀ ਨਹੀਂ ਹੋ ਸਕਦਾ ਤਾਂ ਇਹਦਾ ਆਨਸਰ ਕੀ ਆਊਗਾ ਕਿਹੜਾ ਬਾਕੀ ਨਹੀਂ ਹੋ ਸਕਦਾ 3 ਇਹਨੂੰ ਆਪਾਂ ਹੁਣ ਕਿਸੇ ਹੋਰ ਢੰਗ ਨਾਲ ਵੀ ਸਮਝਦੇ ਆਂ ਪਹਿਲੇ ਚੈਪਟਰ ਦੇ ਵਿੱਚ ਆਪਾਂ ਯੂਕਲਿਡ ਵੰਡ ਐਲਗੋਰਿਦਮ ਕਰਿਆ ਸੀ ਜਿਹਦੇ ਵਿੱਚ ਸੀਗਾ a is equal to b q r ਤਾਂ r ਕੀ ਹੁੰਦਾ ਸੀ ਉਹਦੇ ਵਿੱਚ ਰਿਮੇਨਡਰ ਔਰ ਉਹਦੇ ਵਾਸਤੇ ਆਪਾਂ ਕੀ ਰੂਲ ਲਗਾਉਂਦੇ ਹੁੰਦੇ ਸੀ ਆਹ ਵਾਲਾ ਕਿ ਜਿਹੜਾ r ਹੈ ਉਹ ਜ਼ੀਰੋ ਦੇ ਬਰਾਬਰ ਵੀ ਹੋ ਸਕਦਾ ਹੈ ਤੇ ਉਸ ਤੋਂ ਵੱਡਾ ਵੀ ਹੋ ਸਕਦਾ ਹੈ ਪਰ ਜਿਹਦੇ ਨਾਲ ਭਾਗ ਕਰ ਰਹੇ ਹਾਂ ਉਸ ਤੋਂ ਹਮੇਸ਼ਾ ਛੋਟਾ ਰਹੂਗਾ ਠੀਕ ਹੈ ਤਾ ਹੁਣ ਇਹਨੇ ਇਹੀ ਗੱਲ ਕਹੀ ਸੀ ਨਾ ਕਿ ਤਿੰਨ ਨਾਲ ਵੰਡ ਰਹੇ ਆ ਤਾਂ ਬਾਕੀ ਕੀ ਨਹੀਂ ਹੋ ਸਕਦਾ ਤਿੰਨ ਨਾਲ ਵੰਡ ਰਹੇ ਹਾਂ ਬਾਕੀ ਕਿਹੜਾ ਨਹੀਂ ਹੋ ਸਕਦਾ ਤਾਂ ਤਿੰਨ ਤਿੰਨ ਦੇ ਬਰਾਬਰ ਨਹੀਂ ਹੋ ਸਕਦਾ ਤਿੰਨ ਤੋਂ ਛੋਟਾ ਹੀ ਆਊਗਾ ਜਿਹੜਾ ਵੀ ਬਾਕੀ ਆਊਗਾ ਤਾਂ ਇੱਥੇ ਕਿਹੜਾ ਮਰਜੀ ਅੱਖਰ ਹੋਵੇ ਤਿੰਨ ਦੀ ਜਗ੍ਹਾ ਤੇ ਤਾਂ ਜਿਹੜਾ ਵੀ ਬਾਕੀ ਹੋਊਗਾ ਉਹਦੇ ਬਰਾਬਰ ਜਾਂ ਉਸ ਤੋਂ ਵੱਡਾ ਨਹੀਂ ਆ ਸਕਦਾ ਉਸ ਤੋਂ ਛੋਟਾ ਹੀ ਹੋਊਗਾ ਤਾਂ ਕਿਹੜਾ ਰੂਲ ਯਾਦ ਰੱਖਣਾ 0 ਇਸ ਲੈਸ ਦੈਨ ਇਕੁਅਲ ਟੂ ਆਰ ਇਸ ਲੈਸ ਦੈਨ ਬੀ ਠੀਕ ਹੈ ਜੀ ਇਹ ਯੂਕਲਿਡ ਵੰਡ ਐਲਗੋਰਿਥਮ ਤਾਂ ਬੇਟਾ ਅਸਾਈਨਮੈਂਟ 3 ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਤਾਂ ਆਪਾਂ ਇਹ ਤਿੰਨੋਂ ਅਸਾਈਨਮੈਂਟਸ ਦੀਆਂ ਸ਼ੀਟਸ ਆਪਾਂ ਸਾਰੀਆਂ ਡਿਸਕਸ ਕਰ ਚੁੱਕੇ ਹਾਂ ਹੁਣ ਜਿਵੇਂ ਹੀ ਨੈਕਸਟ ਨੈਕਸਟ ਸ਼ੀਟਸ ਆਉਣਗੀਆਂ ਆਪਾਂ ਨਾਲ ਦੀ ਨਾਲ ਵੀਡੀਓਜ਼ ਦੀ ਅਪਲੋਡ ਕਰਾਂਗੇ ਉਸ ਦੇ ਲਈ ਤੁਸੀਂ ਚੈਨਲ ਦੇ ਨਾਲ ਬਣੇ ਰਹੋ ਇਹਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਠੀਕ ਹੈ ਜੀ ਬਾਏ ਬੇਟਾ